ਸਿੱਖ ਦੇ ਗੁਰਦੁਆਰੇ ਉਹਨਾਂ ਦੇ ਨੇ ਜਿਹੜੇ ਗੈਰ ਸਿੱਖ ਨੇ ਉਹਨਾਂ ਦੇ ਗੁਰਦੁਆਰੇ ਕਿਵੇਂ ਨੇ? ਕਿਸੇ ਮੁਲਕ 'ਤੇ ਕੋਈ ਕਬਜ਼ਾ ਕਰ ਲਵੇ ਕਿਵੇਂ ਉਹਦਾ ਕਬਜ਼ਾ ਹੋਜੂਗਾ? ਵਿਰੋਧੀਆਂ ਦਾ ਕਬਜ਼ਾ ਕਿਵੇਂ ਹੋਜੂ? ਜਾਂ ਤਾਂ ਠੀਕ ਹੋਣਗੇ ਨਹੀਂ, ਗੁਰਦੁਆਰੇ ਛੱਡ ਕੇ ਬਾਹਰ ਜਾਣਗੇ, ਟੋਬੀ ਦੇ ਕੁੱਤੇ ਵੀ ਉਹਨਾਂ ਕਰਦੇ ਨਾ ਕੱਢਦੇ, ਕਿਸੇ ਪਾਸੇ ਵੀ ਨਹੀਂ ਰਹਿਣਾ। ਉਹ ਆ ਜਾਣਗੇ ਗੁਰਦੁਆਰੇ, ਜਿਹਨਾਂ ਨੂੰ ਕੋਈ ਨਹੀਂ ਪੁੱਛਦਾ, ਜਿਹੜੇ ਹਾਸ਼ੀਏ 'ਤੇ ਬੈਠੇ ਨੇ, ਉਹਨਾਂ ਨੂੰ ਚੜਾਵੇ ਦੀ ਲੋੜ ਨਹੀਂ, ਉਹਨਾਂ ਨੂੰ ਪੈਸੇ ਦੀ ਲੋੜ ਨਹੀਂ। ਉਹਨਾਂ ਕਿਹੜਾ ਤਨਖਾਹ ਲੈਣੀ ਹੈ? ਉਹ ਝਾੜੂ ਆਪ ਮਾਰ ਲਿਆ ਕਰਨਗੇ, ਰੋਟੀਆਂ ਆਪ ਪਕਾ ਲਿਆ ਕਰਨਗੇ, ਉਹਨਾਂ ਨੇ ਕੀ ਕਰਨਾ ਪੈਸਾ? ਉਹਨਾਂ ਨੇ ਤਨਖਾਹ ਦੇਣੀ ਹੀ ਨਹੀਂ ਕਿਸੇ ਨੂੰ, ਤਨਖਾਹ ਲੈਣੀ ਹੀ ਨਹੀਂ ਆਪ। ਐਸੀ ਸੰਗਤ ਬਥੇਰੀ ਹੈ ਨਿਕਲੇ ਹੋਊਗੀ, ਉਹਨਾਂ ਨੂੰ ਵੰਡ ਕੌਣ ਦਿੰਦਾ? ਹਾਲ ਤਾਂ ਚੋਰਾਂ ਦਾ ਰਾਜ ਹੈ, ਡਾਕੂਆਂ ਦਾ ਰਾਜ ਹੈ, ਬਥੇਰੇ ਨੇ ਐਸੇ ਹਾਈ ਲੈਵਲ ਦੇ ਆਦਮੀ ਬਹੁਤ ਨੇ ਜਿਹਨਾਂ ਦੀ ਬਹੁਤ ਬਹੁਤ ਤਨਖਾਹ, ਜਿਹਨਾਂ ਕੋਲ ਬਹੁਤ ਪੈਸਾ ਹੈ, ਬੜੇ ਬੜੇ ਅਹੁਦਿਆਂ 'ਤੇ ਰਹੇ ਨੇ, ਉਹ ਵੀ ਸੇਵਾ ਕਰਨ ਨੂੰ ਤਿਆਰ ਨੇ ਇੱਥੇ ਆ ਕੇ ਹੱਥੀਂ ਫਰੀ। ਸੰਗਤ 'ਚ ਬਥੇਰਾ ਕੁਛ ਪਿਆ, ਪਰ ਉਹਨੂੰ ਨੇੜੇ ਕੌਣ ਆਉਣ ਦਿੰਦਾ ਜੀ? ਅਜੇ ਤਾਂ ਬੋਰਡ ਰਾਜ ਗੁੰਡਾ ਰਾਜ ਹੁੰਦਾ, ਹੁਣ ਕਹਿੰਦੇ ਨਹੀਂ ਬੋਰਡ ਰਾਜ, ਹੁਣ ਇਲੈਕਸ਼ਨ ਹੋਣਾ, ਜਿੰਨੇ ਬਾਹੂਬਲੀਏ ਨੇ ਆਪੇ ਜਿੱਤ ਜਾਂਦੇ, ਜੇਲ੍ਹ 'ਚ ਬੈਠੇ ਜਿੱਤ ਜਾਂਦੇ ਨੇ, ਗੁੰਡਾ ਰਾਜ ਹੋ ਗਿਆ ਨਾ। ਇਹ ਵੀ ਇੱਥੇ ਵੀ ਇਹੀ ਗੱਲ, ਜਿੱਥੇ ਬੋਰਡ ਰਾਜ ਹੋਊ ਗੁੰਡਾ ਰਾਜ ਹੋਊ। ਬੋਰਡ ਰਾਜ ਹੈ ਤਾਂ ਦਹਿਸ਼ਤ ਦਾ ਰਾਜ ਹੈ, ਪਤਾ ਚਿਰ ਨਹੀਂ ਰਹਿਣਾ ਹੈ। ਸੱਚ ਸਮਝੋ ਪ੍ਰਗਟ ਹੋ ਗਿਆ, ਗੁਰਬਾਣੀ ਦੀ ਸਮਝ ਨਾਲ ਸੱਚ ਪ੍ਰਗਟ ਹੋਣਾ। ਗੁਰਬਾਣੀ ਦੀ ਸਮਝ ਜਦ ਆਉਂਦੀ ਹੈ ਨਾ, ਬਹੁਤ ਬੜੀ ਕ੍ਰਾਂਤੀ ਆ ਜਾਂਦੀ ਹੈ। ਮਾਰਕਸ ਨੇ ਇੱਕ ਕਿਤਾਬ ਲਿਖਤੀ ਸੀ, ਕੁਛ ਥਿਊਰੀ ਲਿਖਤੀ ਸੀ, ਵਿਚਾਰਧਾਰਾ ਦੇਤੀ ਸੀ, ਵਰਲਡ ਪਲਟ ਗਈ ਸੀ। ਗੁਰਬਾਣੀ 'ਚ ਇੰਨੀ ਸ਼ਕਤੀ ਹੈ, ਜਦੋਂ ਇਹਨੇ ਪ੍ਰਗਟ ਹੋਣਾ ਕ੍ਰਾਂਤੀ ਲੈ ਦੇਣੀ ਹੈ ਸਾਰੀ ਵਰਲਡ ਵਿੱਚ। ਇਹ ਸੱਚ ਹੈ, ਹਾਲਾਂਕਿ ਮਾਰਕਸ ਦਾ ਕੋਈ ਸੱਚ ਬਹੁਤਾ ਬੜਾ ਸੱਚ ਨਹੀਂ ਸੀ ਉਹ, ਫਿਰ ਵੀ ਉਸ ਵੇਲੇ ਜੋ ਹੋ ਰਿਹਾ ਸੀ ਉਹ ਅਤਿਅੰਤ ਦੁਖਦਾਈ ਸੀ। ਗਰੀਬ ਦੇ ਹੱਕ ਦੀ ਗੱਲ ਕੀਤੀ, ਇਹ ਵੀ ਗਰੀਬ ਦੇ ਹੱਕ ਦੀ ਗੱਲ ਕਰਦੀ। ਗੁਰੂ ਦੀ ਗੋਲ ਗਰੀਬ ਦਾ ਭੁੱਖ, ਇੱਥੇ ਗੁਰੂ ਦੀ ਗੋਲ ਅਮੀਰ ਦੀ ਜੇਬ। ਹੁਣ ਕੀ ਹੋਇਆ? ਗੁਰੂ ਦੀ ਗੋਲ ਅਮੀਰ ਦੀ ਜੇਬ, ਹੁਣ ਅਮੀਰ ਦੀ ਜੇਬ ਹੈ ਸੀ ਗੁਰੂ ਦਾ ਮੂੰਹ, ਗਰੀਬ ਦਾ ਮੂੰਹ ਗੁਰੂ ਦੀ ਗੋਲ, ਉਲਟਾ ਕਰਤਾ ਨਾ। ਅਮੀਰ ਦੀ ਜੇਬ ਜਾ ਰਹੀ ਹੈ ਗੁਰੂ ਦੀ ਗੋਲ, ਜੇ ਨਹੀਂ ਇਹ ਦੱਸੋ, ਜਾਂ ਤਾਂ ਸਾਬਤ ਕਰ ਵੀ ਹੈ ਨਹੀਂ, ਜੇ ਹੈ ਫਿਰ ਇਹਨੂੰ ਬਦਲੋ। ਜਪ ਕੀ ਹੁੰਦਾ? ਜਦੋਂ ਸੱਚੀ ਮੱਤ ਪ੍ਰਗਟ ਹੁੰਦੀ ਹੈ, ਝੂਠੀਆਂ ਮੱਤਾਂ ਦੇ ਵਿੱਚ ਜਪ ਆਪਣੇ ਆਪਣੇ ਹੁੰਦੇ ਨੇ। ਅਸੰਖ ਜਪ ਨੇ, ਅਸੰਖ ਜਪ, ਅਸੰਖ ਮੱਤਾਂ ਨੇ, ਜਿੰਨੇ ਮੱਤਾਂ ਨੇ ਆਪਣਾ ਆਪਣਾ ਜਪ ਹੈ। ਪਰ ਗੁਰਮਤ ਨੇ ਇੱਕ ਜਪ ਦੱਸਿਆ ਜਿਹੜਾ ਦਰਗਾਹ 'ਚ ਪ੍ਰਵਾਨ ਹੈ, ਉਹ ਕੀ ਹੈ? ਅਜਪਾ ਜਾਪ ਹੈ। ਇਹਨਾਂ ਮੱਤਾਂ ਵਰਗਾ ਜਪ ਹੈ ਉਹ ਨਹੀਂ, ਉਹ ਸਾਰੀਆਂ ਵਰਗਾ ਇੱਕ ਗੱਲ, ਜਪਾ ਜਾਪ ਹੈ ਨਾ, ਜਪਿਆ ਨਹੀਂ ਜਿਹੜਾ ਜਾਂਦਾ ਉਹ ਜਪ ਹੈ, ਜਿਹੜਾ ਜਪ ਜਪਿਆ ਹੀ ਨਹੀਂ ਜਾਂਦਾ ਉਹ ਜਪ ਹੈ। ਇੱਕ ਤਾਂ ਇਹ ਹੋ ਗਈ ਗੱਲ, ਉਹ ਜਪਾਂ ਨੂੰ ਵੱਖਰੀ ਗੱਲ ਹੋ ਗਈ ਨਾ। ਦੂਜੀ ਗੱਲ ਇਹ ਹੋ ਗਈ, ਆਪੇ ਜਪੋ ਆਪਣਾ ਜਾਪ, ਕਿਸੇ ਪਰਮਾਤਮਾ ਰੱਬ ਦਾ ਜਾਪ ਨਹੀਂ ਹੈ, ਕਿਸੇ ਦੇਵੀ ਦੇਵਤੇ ਦਾ ਜਾਪ ਨਹੀਂ ਹੈ, ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਪ ਨਹੀਂ ਹੈ, ਜਪ ਨਹੀਂ ਹੈ ਉਹ। ਉਹ ਜਪ ਕੀ ਹੈ? ਆਪਣੇ ਆਪ ਨੂੰ ਜਾਣਨ ਵਾਸਤੇ, ਆਪਣੇ ਆਪ ਦੀ ਚਿੰਤਨ, ਆਤਮ ਚਿੰਤਨ ਜਪ ਹੈ ਉਹ। ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ। ਹੁਣ ਇੱਕ ਪੰਕਤੀ ਹੋਰ ਆ ਗਈ ਸਾਡੇ ਕੋਲ, ਅਸੀਂ ਸਾਬਤ ਕਰਨਾ ਵੀ ਜੋ ਕੁਛ ਅਸੀਂ ਜਿਹੜੀ ਖੋਜ ਕੀਤੀ ਹੈ, ਕੀ ਖੋਜ ਸਹੀ ਹੈ ਜਾਂ ਇਹ ਖੋਜ ਗਲਤ ਹੈ, ਕੀ ਇਹ ਖੋਜ ਗੁਰਬਾਣੀ ਅਨੁਸਾਰ ਹੈ ਜਾਂ ਨਹੀਂ ਹੈ। ਇਕੱਲੀ ਜਪਦੀ ਉਹ ਖੋਜ ਸਭ ਪਹਿਲਾਂ ਇਹ ਕਰਨੀ, ਤਾਂ ਅਗਾਂਹ ਸਟੈਪ ਲੈਣੇ।
ਉਹ ਲੱਗ ਜਾਣ ਦੋ ਦਿਨ ਫਿਰ ਕੀ ਫਰਕ ਪੈ ਜੂਗਾ। ਜਿਹੜੀ ਗੱਲ ਨੂੰ ਕੋਈ ਚੈਲੇਂਜ ਨਾ ਕਰ ਸਕੇ, ਕਿਉਂਕਿ ਇਹ ਆਉਣਾ ਪਲਟਾ। ਇੱਕ ਅੱਧੀ ਗੱਲ ਕਹੇ ਤੇ ਨਹੀਂ ਗੱਲ ਬਣਨੀ। ਸਾਰੀ ਗੁਰਬਾਣੀ ਚੋਂ ਜਿੰਨੇ ਕੁ ਮੈਕਸੀਮਮ ਉਦਾਹਰਣਾਂ ਦੇ ਸਾਬਤ ਕਰਨਾ ਵੀ ਇਹੀ ਜਪ ਹੈ। ਉਸ ਐਂਗਲ ਤੋਂ ਵੀ ਦੱਸਤਾ ਆਪੇ ਆਪਣੇ ਜਪੋ ਆਪਣੇ ਜਾਪ, ਇਸ ਐਂਗਲ ਤੋਂ ਵੀ ਦੱਸਤਾ ਅਜਪਾ ਜਾਪ, ਉਸ ਐਂਗਲ ਤੋਂ ਵੀ ਦੱਸਦਾ ਖੋਜ। ਖੋਜ ਕੀ ਹੈ? ਗੁਰਮੁਖੀ ਢੂੰਡ ਢੰਡੇਂਦੇ ਆ ਹਰ ਸੱਜਣ ਲਿਤਾ ਰਾਮ। ਖੋਜ ਆ ਗਈ ਖੋਜ ਕਿਹਦੀ ਕਿਹਦੀ ਹੈ ਹੁਣ ਇੱਥੇ? ਹਰ ਸੱਜਣ ਦੀ ਖੋਜ ਆ ਗਈ। ਸੱਜਣ ਕੌਣ ਹੁੰਦਾ? ਚੱਲਦਿਆਂ ਨਾਲ ਚੱਲਣ ਅੰਦਰ ਵਾਲਾ ਸੱਜਣ ਹੈ, ਬਾਹਰ ਵਾਲਾ ਸੱਜਣ ਨਹੀਂ ਹੈ। ਬਾਹਰ ਵਾਲੇ 'ਚ ਵੈਰ ਵਿਰੋਧ ਤੇਰ ਮੇਰ ਹੁੰਦੀ ਹੈ, ਮਨ 'ਚ ਤੇਰ ਮੇਰ ਹੁੰਦੀ ਹੈ, ਮਨ ਨੇ ਸੱਜਣ ਬਣਨਾ ਹੈ, ਚਿੱਤ ਸੱਜਣ ਹੈ। ਉਹ ਜਿਹੜਾ ਅੰਦਰਲਾ ਸੱਜਣ ਹੈ, ਆਤਮ ਚੀਨ ਪ੍ਰਾਤਮ ਚੀਨੋ, ਪਹਿਲਾਂ ਤਾਂ ਮਨ ਨੂੰ ਖੋਜਣਾ। ਇਸ ਮਨ ਕੋਈ ਖੋਜੋ ਭਾਈ, ਆ ਗਿਆ ਨਾ ਖੋਜੋ ਭਾਈ, ਪਹਿਲਾਂ ਮਨ ਖੋਜਿਆ। ਆਤਮ ਆਤਮਾ ਨੂੰ ਕਹਿੰਦੇ ਨੇ, ਜਿਹੜੇ ਆਤਮਾ ਕਿਸੇ ਹੋਰ ਚੀਜ਼ ਨੂੰ ਕਹਿੰਦੇ ਗਲਤ ਕਹਿੰਦੇ ਨੇ। ਅਸਲ 'ਚ ਪ੍ਰਾਤਮਾ ਨੂੰ ਆਤਮਾ ਕਹਿੰਦੇ ਨੇ, ਪ੍ਰਾਤਮਾ ਉਹਨਾਂ ਦੇ ਹੈ ਹੀ ਨਹੀਂ, ਮਨ ਨੂੰ ਮਨ ਕਹਿੰਦੇ ਨੇ, ਉਹ ਦੂਜੇ ਮਤਾਂ ਵਾਲੇ ਨੇ। ਗੁਰਬਾਣੀ ਨੇ ਇਹ ਗੱਲ ਵੀ ਕਰੈਕਟ ਕੀਤੀ ਹੈ, ਸੋਧ ਕੀਤੀ ਹੈ। ਉਹਨਾਂ ਨੂੰ ਪ੍ਰਾਤਮਾ ਬਾਰੇ ਪਤਾ ਹੀ ਨਹੀਂ ਹੈ, ਪ੍ਰਾਤਮਾ ਹੈ ਹੀ ਨਹੀਂ ਉਹਨਾਂ ਦੇ ਗ੍ਰੰਥਾਂ 'ਚ, ਪ੍ਰਾਤਮਾ ਨਾਂ ਦੀ ਕੋਈ ਚੀਜ਼ ਹੈ ਨਹੀਂ। ਆਤਮ ਚੀਨ ਪ੍ਰਾਤਮ ਚੀਨੋ, ਦੋ ਅੱਧੇ ਅੱਧੇ ਨੇ ਨਾ, ਆਤਮਾ ਵੀ ਅੱਧੀ ਹੈ ਪ੍ਰਾਤਮਾ ਵੀ ਅੱਧੀ ਹੈ, ਅੱਧਾ ਅੱਧਾ ਜੋੜ ਕੇ ਹੀ ਹੋਣਾ ਨਾ, ਤਾਂ ਇੱਕ ਦੀ ਖੋਜ ਪੂਰਨ ਹੋਣੀ ਹੈ। ਪਹਿਲਾਂ ਆਤਮ ਅੱਧੇ ਨੂੰ ਚੀਨੋ, ਮਨ ਨੂੰ ਚੀਨੋ, ਫਿਰ ਚਿੱਤ ਨੂੰ ਚੀਨੋ, ਦੋਵੇਂ ਅੱਧੇ ਅੱਧੇ ਨੇ। ਫਿਰ ਕੀ ਕਰੋ? ਨਾਨਕ ਇਹ ਵਿਧੀ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਫਿਰ ਚਿੱਤ ਔਰ ਮਨ ਨੂੰ ਇਕੱਠੇ ਕਰਕੇ ਇੱਕ ਹੋ ਕੇ ਫਿਰ ਜੁੜੋ, ਫਿਰ ਧਿਆਨ ਧਰੋ। ਧਿਆਨ ਧਰੋ ਤਹਿ ਕੋ ਮਨ ਮੈਂ ਜੇ ਕੋ ਅਮਤੋਜ ਸਵੇ ਜਗ ਛਾਇਆ। ਫਿਰ ਧਿਆਨ, ਪਹਿਲਾਂ ਤਾਂ ਮਾਇਆ ਧਿਆਨ ਹੈ ਮਨ ਦਾ, ਤਾਂ ਜਿੰਨਾ ਚਿਰ ਮਾਇਆ ਧਿਆਨ ਹੈ ਉੱਧਰ ਧਿਆਨ ਨਹੀਂ ਜਾ ਸਕਦਾ। ਪਹਿਲਾਂ ਮਨ ਚੋਂ ਮਾਇਆ ਚੋਂ ਧਿਆਨ ਹਟਾਉਣਾ ਪਹਿਲੀ ਸਟੇਜ ਹੈ, ਪਹਿਲੀ ਸਟੇਜ। ਬਹੁਤਾ ਗਿਆਨ ਮਨ ਨੂੰ ਮਾਇਆ ਚੋਂ ਕੱਢਣ ਵਾਸਤੇ ਹੈ। ਮਨ ਮਾਇਆ ਚ ਫਦਰੇ ਹੋ ਨਿਕਸੋ ਨਾ ਹੀ ਨਮੀਰ, ਮਨ ਨੂੰ ਸਮਝਾਉਣ ਵਾਸਤੇ ਬਾਣੀ ਹੈ। ਮਨ ਨੂੰ ਸਮਝਾਉਣ ਵਾਸਤੇ ਅਸੀਂ ਪਹਿਲਾਂ ਗਿਆਨ ਪੜ੍ਹਨਾ। ਮਨ ਸਮਝਾਉਣ ਕਾਰਨ ਕੱਛੁਕ ਪੜ੍ਹੀਏ ਗਿਆਨ, ਕਿ ਮਾਇਆ ਛੱਡਦੇ, ਮਾਇਆ 'ਚ ਆਪਣਾ ਕੁਛ ਨਹੀਂ, ਮਾਇਆ ਤਾਂ ਸਭ ਕੁਛ ਸਰੀਰ ਦਾ ਭਾਈ, ਸਰੀਰ ਮਾਇਆ ਦਾ, ਇਹਦੀ ਖੁਰਾਕ ਮਾਇਆ 'ਚੋਂ ਹੈ, ਇਹਦੀਆਂ ਲੋੜਾਂ ਮਾਇਆ ਦੇ ਵਿੱਚੋਂ, ਤੇਰੀ ਔਰ ਮੇਰੀ ਲੋੜ ਜਿੱਤ ਕਹਿੰਦਾ ਸਰੀਰ, ਇਹ ਮਾਇਆ ਦੇ ਵਿੱਚ ਨਹੀਂ ਹੈ। ਇਸ ਕਰਕੇ ਮਾਇਆ ਦੇ ਕੰਮ ਜਿੰਨੇ ਵੀ ਤੂੰ ਕਰਦਾ ਸੋਚਦਾ, ਇਹ ਅਵਰਕਾਜ ਨੇ, ਅਵਰਕਾਜ ਤੇਰੇ ਕਿਤੇ ਨਾ, ਤੇਰੇ ਦਾ ਕੰਮ ਨਹੀਂ ਇੱਥੇ ਕੋਈ ਵੀ। ਮਾਇਆ ਇਕੱਠੀ ਕਰ ਲਈ ਨਾਲ ਨਹੀਂ ਜਾਣੀ, ਪਦਾਰਥ ਇਕੱਠੇ ਕਰ ਲਏ ਨਾਲ ਨਹੀਂ ਜਾਣੇ। ਸਰੀਰ ਵਾਸਤੇ ਜ਼ਰੂਰ ਚਾਹੀਦੇ ਨੇ, ਮਕਾਨ ਵੀ ਚਾਹੀਦਾ, ਲੋੜਾਂ ਨੇ, ਸਰੀਰ ਦੀਆਂ ਲੋੜਾਂ ਨੇ, ਅਸੀਂ ਕਹਿੰਦੇ ਵੀ ਸਰੀਰ ਦੀਆਂ ਲੋੜਾਂ। ਇਹ ਦੋਹਾਂ ਦਾ, ਸਰੀਰ ਦਾ ਮਨ ਦਾ ਅੱਡ 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 ਜਿਹਾ ਨਕਸ਼ਾ ਦਿਖਾਇਆ ਨਾ, ਤਾਂ ਇਹ ਮਨ ਖੋਜਿਆ ਗਿਆ ਸਰੀਰ 'ਚੋਂ, ਵੱਖਰਾ ਕਰਕੇ ਦੇਖ ਲਿਆ। ਮਨ ਨੂੰ ਅੱਡ ਸਮਝ ਲਿਆ, ਸਰੀਰ ਨੂੰ ਅੱਡ ਸਮਝ ਲਿਆ, ਇਹ ਖੋਜ ਇਸ ਮਨ ਕੋਈ ਖੋਜੋ ਭਾਈ। ਪਹਿਲਾਂ ਮਨ ਅੱਡ ਸਰੀਰ ਨੂੰ ਅਸੀਂ ਕੋਈ ਸਮਝੀ ਜਾਂਦੇ, ਜਦ ਅਸੀਂ ਕਹਿੰਦੇ ਮੈਨੂੰ ਭੁੱਖ ਲੱਗੀ ਹੋਈ ਹੈ, ਭੁੱਖ ਦਾ ਬੋਲਦਾ ਮਨ ਹੈ, ਭੁੱਖ ਸਰੀਰ ਨੂੰ ਲੱਗੀ ਹੋਈ ਹੈ, ਭੁੱਖ ਦੀ ਕਮੀ ਤਾਂ ਸਰੀਰ 'ਚ ਹੈ, ਮਹਿਸੂਸ ਮਨ ਨੂੰ ਹੁੰਦੀ ਹੈ, ਬਸ ਇੰਨਾ ਕੁ ਫਰਕ ਹੈ ਪਹਿਲਾਂ, ਫਿਰ ਇੱਦਾਂ ਨਹੀਂ ਕਹਿੰਦਾ। ਅਸਲ 'ਚ ਭੁੱਖ ਨਹੀਂ ਹੈ, ਲੋੜ ਹੈ, ਲੋੜ ਅਨੁਸਾਰ ਖਾ ਕੇ ਖਤਮ ਹੋ ਗਈ ਭੁੱਖ। ਭੁੱਖ ਹੁੰਦੀ ਹੈ ਬੰਦੇ ਵਿੱਚ, ਖੈਰ ਅਲੱਗ ਗੱਲ ਹੈ। ਆਤਮਾ ਔਰ ਪ੍ਰਾਤਮਾ ਨੂੰ ਚੀਨ ਕੇ ਇਹ ਆਪ ਇੱਕ ਹੋ ਜਾਂਦਾ। ਜਦ ਆਪ ਇੱਕ ਹੋ ਜਾਂਦਾ ਉਦੋਂ ਉਹਨੂੰ ਇੱਕ ਦਾ ਗਿਆਨ ਹੁੰਦਾ, ਇੱਕ ਹੁੰਦਾ ਕੀ,
ਜਿੰਨਾ ਚਿਰ ਆਪ ਇੱਕ ਨਹੀਂ ਹੁੰਦਾ ਇੱਕ ਦਾ ਗਿਆਨ ਹੀ ਨਹੀਂ ਹੁੰਦਾ। ਜਿੱਦਣ ਆਪ ਇੱਕ ਹੋ ਗਿਆ ਉਦੋਂ ਨੂੰ ਪਤਾ ਲੱਗਦਾ ਇੱਕ ਕੀ ਹੁੰਦਾ। ਆਪ ਇੱਕ ਹੋ ਗਿਆ ਪਜਾਪਾ ਜਾਪ ਇੱਕ ਹੋਏ ਤੋਂ ਬਾਅਦ ਅਜਾਪਾ ਜਾਪ ਨਹੀਂ ਅਜਾਪਾ ਜਾਪ ਇੱਕ ਹੋਏ ਤੋਂ ਬਾਅਦ ਕਿਉਂ ਹੋਣਾ? ਅਜਾਪਾ ਜਾਪ ਨਾਲ ਇੱਕ ਹੋਣਾ। ਅਜਾਪਾ ਜਾਪ ਨਾਲ ਇੱਕ ਹੋਣਾ ਅਜਾਪਾ ਜਾਪ ਤਾਂ ਕਿਹਾ ਕਿ ਇਹੋ ਜਿਹਾ ਮਾਲਾ ਵਾਲਾ ਜਾਪ ਨਹੀਂ ਹੈ, ਇਹ ਰਾਮ ਰਾਮ ਕਰਨ ਵਾਲਾ ਜਪ ਨਹੀਂ ਹੈ, ਉਹਨੂੰ ਜਪ ਕਿਹਾ ਲੋਕਾਂ ਨੇ, ਇਹ ਸ਼ਬਦ ਵਿਚਾਰ ਜਪ ਹੈ। ਜੋ ਉਪਦੇਸ਼ ਦਿੱਤਾ ਇਹਨੂੰ ਸਮਝਣਾ, ਇਹਨੂੰ ਬੁੱਝਣਾ, ਇਹਦੇ ਵਿੱਚੋਂ ਇਹ ਜਪ ਹੈ। ਸਮਝਣਾ ਉਪਦੇਸ਼ ਨੂੰ, ਬੁੱਝਣਾ ਕੀ ਹੈ? ਬੁੱਝਣਾ ਆਪਣੇ ਆਪ ਨੂੰ ਹੈ, ਇੱਕ ਕੀ ਹੈ ਬੁੱਝਣਾ ਆਪਣੇ ਆਪ ਨੂੰ ਹੈ, ਸਮਝਣਾ ਉਪਦੇਸ਼ ਹੈ। ਬੁੱਝਣ ਦਾ ਆਤਮ ਗਿਆਨ ਹੈ ਇਹ ਬਈ, ਬੁੱਝਣਾ ਆਪਣੇ ਆਪ ਨੂੰ, ਕਿਸੇ ਨੂੰ ਨਹੀਂ ਬੁੱਝਣਾ। ਗੁਰਾ ਇੱਕ ਦੇ ਬੁਝਾਈ, ਬੁੱਝਣ ਚੀਜ਼ ਇੱਕ ਹੈ, ਹੋਰ ਕੀ ਹੈ? ਇੱਕ ਆਵੇ ਹੈ, ਆਵੇ ਇੱਕ ਹੈ, ਹੋਰ ਕਿੱਥੇ ਕਿਵੇਂ ਪਤਾ ਲੱਗਿਆ? ਇਹਦੇ 'ਤੇ ਵੀ ਪੰਕਤੀਆਂ ਨੇ ਆਪਾਂ ਪੜ੍ਹਦੇ ਹੁੰਦੇ, ਪ੍ਰਥਮੇ ਤਿਆਗੀ ਹੋਵੇ ਪ੍ਰੀਤ, ਦੁਤੀਆ ਤਿਆਗੀ ਲੋਕਾਂ ਰੀਤ, ਫਿਰ ਕਹਾਂ ਹੋਰ ਤਿਆਗਣਾ ਕੁਛ, ਤ੍ਰੈਗੁਣ ਤਿਆਗ ਬੈਰੀ ਮੀਤ ਸਮਾਨੇ ਨਾ, ਇਹ ਹੋਰ ਪੰਕਤੀ ਹੈ। ਤ੍ਰੈਗੁਣ ਤਿਆਗ ਬੈਰੀ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਣੇ, ਇਹ ਹੈ ਸਾਧ ਪਛਾਣਨ ਦੀ ਗੱਲ, ਪ੍ਰਾਤਮਾ ਨੂੰ ਖੋਜਣ ਦੀ ਗੱਲ, ਇਹ ਪ੍ਰਾਤਮਾ ਦੀ ਖੋਜ ਹੈ। ਪਹਿਲਾਂ ਆਤਮ ਝੀਲ ਲਿਆ ਨਾ ਮਨ, ਮਨ ਦੇਖ ਲਿਆ ਮਨ ਕੀ ਹੈ, ਹੁਣ ਪ੍ਰਾਤਮਾ ਸਾਧ ਦੇਖ ਲਿਆ ਅੰਦਰਲਾ, ਤੁਰਿਆ ਗੁਣ ਮਿਲ ਸਾਧ ਪਛਾਣੇ। ਜਦ ਤੁਰਿਆ ਅਵਸਥਾ ਵਿੱਚ ਜਾਣਦਾ ਹੈ, ਜਦ ਬੁੱਧ ਹੋ ਜਾਂਦੀ ਹੈ ਨਾ ਮਨ ਬੁੱਧੀ, ਫਿਰ ਅੰਤਰ ਆਤਮਾ ਦਾ ਪਤਾ ਲੱਗਦਾ। ਤੁਰਿਆ ਗੁਣ ਹੁੰਦਾ ਹਿਰਦੇ ਵਿੱਚ, ਤਿੰਨਾਂ ਗੁਣਾਂ ਤੋਂ ਪਰੇ ਹੈ ਤੁਰਿਆ ਗੁਣ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਰਜੋ ਤਮੋ ਸਤੋ ਮਾਇਆ ਹੈ, ਜਿੱਥੇ ਤੱਕ ਰਜੋ ਤਮੋ ਸਤਾ ਸਤੋ ਗੁਣ ਨੇ ਨਾ ਤਿੰਨੇ, ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਜਦ ਇਹ ਤੋਂ ਗਾਂਹ ਚਲਾ ਗਿਆ ਮਾਇਆ ਦਾ ਪ੍ਰਭਾਵ ਇਹ ਖਤਮ ਹੋ ਗਿਆ, ਫਿਰ ਨਿਰਾਕਾਰ ਦਾ ਸੋਝੀ ਆ ਗਈ, ਉੱਥੇ ਨਿਰਾਕਾਰ ਹੀ ਹੈ ਮਾਇਆ ਤੇ ਪਰੇ ਤਾਂ, ਫਿਰ ਨਿਰਾਕਾਰ ਮਾਇਆ ਤੇ ਪਰੇ ਸਾਧ ਹੈ, ਫਿਰ ਸਾਧ ਦੀ ਪਛਾਣ ਆਈ। ਉਹਨਾਂ ਚਿਰ ਤਾਂ ਚੋਲਾ ਦੇਖ ਕੇ ਬਾਣਾ ਦੇਖ ਕੇ ਸਾਧ ਬਣਦਾ ਸੀ, ਫਿਰ ਬਾਣੇ ਦਾ ਕੋਈ ਸਾਧ ਨਹੀਂ ਰਿਹਾ, ਫਿਰ ਸਦੇ ਹੋਏ ਮਨ ਦਾ ਨਾਂ ਸਾਧ ਹੈ, ਜਿਹੜਾ ਸਦ ਗਿਆ ਨਾ, ਤੁਰਿਆ ਅਵਸਥਾ ਚਲਿਆ ਗਿਆ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਗਿਆ ਸਾਧ, ਉਹ ਤੁਰਿਆ ਗੁਣ ਨੇ ਸਾਧ ਪਛਾਣ। ਇੱਥੇ ਵੈਸੇ ਆਤਮ ਪਛਾਣ ਦੀ ਉਹ ਗੱਲ ਹੈ, ਜੇ ਤੁਰਿਆ ਅਵਸਥਾ 'ਚ ਆਪੇ ਸਾਧ ਹੈ, ਫਿਰ ਆਪ ਹੀ ਸਾਧੇ ਹੈ, ਜਦ ਆਪ ਸਾਧ ਹੈ ਤਾਂ ਹੀ ਇਹਨੂੰ ਸਾਧ ਦੀ ਪਛਾਣ ਹੋਊਗੀ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ, ਇਸ ਕਰਕੇ ਸਾਧ ਏ ਸਾਧ ਨੂੰ ਪਛਾਣ ਸਕਦਾ, ਸੰਤ ਏ ਸੰਤ ਨੂੰ ਪਛਾਣ ਸਕਦਾ, ਜਾਗਦੇ ਨੂੰ ਪਤਾ ਜਾਗਦਾ ਕੌਣ ਹੈ, ਸੁੱਤੇ ਨੂੰ ਕੀ ਪਤਾ ਜਾਗਦਾ ਕੌਣ, ਸੁੱਤੇ ਨੂੰ ਪਤਾ ਜਾਗਦਾ ਕੌਣ, ਨਹੀਂ ਪਤਾ। ਜਾਗਦੇ ਕੋ ਜਾਗਦਾ ਮਿਲੇ, ਜਾਗੇ ਤੋਂ ਪਤਾ ਲੱਗੂ ਵੀ ਸੁੱਤੇ ਕਿੰਨੇ ਪਏ ਨੇ, ਜਾਗਦੇ ਕਿੰਨੇ, ਦਸ ਬੰਦੇ ਜਾਗਦੇ ਨੇ, ਹਜ਼ਾਰ ਬੰਦਾ ਸੁੱਤਾ ਪਿਆ, ਇੱਕ ਬੰਦਾ ਗਿਆਰਵਾਂ ਹੋਰ ਜਾਗ ਪਿਆ, ਅੱਖਾਂ ਦੇ ਵਿੱਚ ਜਾਗੇ ਦੇ ਬਾਅਦ ਉਹਨੂੰ ਪਤਾ ਲੱਗਿਆ ਵੀ ਜਾਗਦੇ ਆਏ ਸੀ ਜਦ ਮੈਂ ਸੁੱਤਾ ਪਿਆ ਸੀ, ਬਾਕੀ ਇਹ ਸੁੱਤੇ ਪਏ, ਜਿਹੜੇ ਜੋ ਸੁੱਤਾ ਪਿਆ ਸੀ ਉਹਨੂੰ ਨਾ ਸੁੱਤਿਆਂ ਦਾ ਨਾ ਜਾਗਦਿਆਂ ਦਾ ਦੋਹਾਂ ਦਾ ਪਤਾ ਨਹੀਂ। ਗੁਰਬਾਣੀ ਨੇ ਦੱਸਿਆ ਵੀ ਤੂੰ ਸੁਪਨਾ ਦੇਖ ਰਹੇ, ਅਸੀਂ ਤਾਂ ਮੰਨਦੇ ਅਸੀਂ ਜਾਗਦੇ ਹਾਂ, ਗੁਰਬਾਣੀ ਕਹਿੰਦੀ ਹੈ ਸੋਪਨ ਜਾਗਣ ਬਹੁਤ ਪ੍ਰਕਾਰਾ, ਇਹ ਤੁਹਾਡਾ ਸੋਣਾ ਜਾਗਣਾ ਹੋਰ ਹੈ, ਇੱਕ ਸੋਣਾ ਜੋ ਜਾਗਣਾ ਹੋਰ ਵੀ ਹੈ ਜਿਹੜਾ ਤੁਹਾਨੂੰ ਨਹੀਂ ਪਤਾ, ਸੁਪਨਾ ਦੇਖਣ ਵਾਲਿਆਂ ਨੂੰ ਪਤਾ ਨਹੀਂ, ਬਹੁਤ ਪ੍ਰਕਾਰ ਹੈ, ਅਸੀਂ ਇੱਕ ਪ੍ਰਕਾਰ ਦਾ ਸੋਣਾ ਜਾਗਣਾ ਜਾਣਦੇ ਹਾਂ, ਦੁਨਿਆਵੀ ਲੋਕ ਇੱਕੋ ਜਾਣਦੇ ਹਾਂ ਨਾ, ਅਤੇ ਗੁਰਬਾਣੀ ਕਹਿੰਦੀ ਹੈ ਸੋਪਨ ਜਾਗਣਾ ਬਹੁਤ ਪ੍ਰਕਾਰ ਹੈ।
ਮਤਲਬ ਕੋਈ ਗਾਹਾਂ ਦੀ ਗੱਲ ਹੈ ਨਾ। ਜਦੋਂ ਜਾਗਣਾ ਜਾਗਣਾ ਸੁਪਨਾ ਖਤਮ ਹੋ ਜਾਣਾ ਫਿਰ। ਸੁਪਨੇ ਜੋ ਸੰਸਾਰ ਹੈ ਨਾ, ਸੁਪਨਾ ਖਤਮ ਹੋਣਾ, ਸੰਸਾਰ ਹੀ ਖਤਮ ਹੋ ਜਾਣਾ, ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਜਾਣਾ, ਸੰਸਾਰ ਆਪ ਹੀ ਛੱਡ ਦੇਣਾ। ਛੂਟ ਗਈ ਸੰਸਾਰੀ, ਕਬੀਰ ਕਹਿੰਦੇ ਛੱਡ ਦਿੱਤੀ ਨੀ, ਕਹਿੰਦਾ ਛੂਟ ਗਈ। ਹੀਰਾ ਹੱਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ। ਜਦੋਂ ਨਾਮ ਦਾ ਪੱਲਾ ਮਿਲ ਗਿਆ, ਨਾਮ ਦਾ ਲੜ ਜਿਹੜਾ ਛੁੱਟਿਆ ਸੀ ਮਿਲ ਗਿਆ, ਸੰਸਾਰੀ ਤਾਂ ਆਪੇ ਛੁੱਟ ਗਈ। ਉਸੇ ਹੱਥ 'ਚ ਉਹ ਫੜਿਆ ਸੀ, ਉਸੇ ਉਹੀ ਸੁਰਤ ਮਾਇਆ ਸੀ, ਉਹੀ ਸ਼ਬਦ ਨਾਲ ਜੁੜ ਗਈ। ਇੱਕ ਸਿਰਾ ਡੋਰਦਾ ਹੈ, ਇੱਧਰ ਬੰਨਿਆ ਹੋਇਆ ਜਾਂ ਦੂਏ ਪਾਸੇ, ਇੱਧਰ ਖੋਲ੍ਹ ਕੇ ਦੂਏ ਪਾਸੇ ਬੰਨਿਆ ਹੋਇਆ ਉਹਨੂੰ, ਛੂਟ ਗਈ ਸੰਸਾਰੀ ਕਹਿੰਦਾ। ਅਸੀਂ ਕਹਿੰਦੇ ਸੰਸਾਰ ਛੱਡਣਾ ਔਖਾ, ਬਿਲਕੁਲ ਔਖਾ, ਕਿਉਂਕਿ ਜਿਹਦੇ ਨਾਲ ਅਸੀਂ ਸੁਰਤ ਨੂੰ ਜੋੜਦੇ ਉਹ ਸਾਡੇ ਕੋਲ ਹੈ ਨਹੀਂ, ਤਾਂ ਔਖਾ ਲੱਗਦਾ। ਔਖਾ ਤਾਂ ਆਪੇ ਹੀ ਹੈ, ਜੋੜੀਏ ਕਾਹਦੇ ਨਾਲ ਇਹਨੂੰ। ਉਹ ਚੀਜ਼ ਵਸਤੂ ਹੈ ਨਹੀਂ ਜਿਹੜੀ ਸੁਰਤ ਨੂੰ ਖਿੱਚ ਕੇ ਆਪਣੇ ਨਾਲ ਜੋੜ ਲਵੇ, ਨਾਮ ਹੈ ਨਹੀਂ ਹੈ ਜੋ ਹੁੰਦਾ। ਹਾਂ, ਉਹ ਗੱਲ ਕਰਦੇ ਸੀ ਵੀ ਕਿਵੇਂ ਪਤਾ ਲੱਗੂ ਇੱਕ ਹੈਗਾ, ਉੱਥੇ ਆ ਪ੍ਰਥਮੇ ਵਸਿਆ ਸੱਤ ਕਾ ਖੇੜਾ। ਸਭ ਤੋਂ ਪਹਿਲਾਂ ਸੱਚਖੰਡ ਵਿੱਚ ਸਾਰੇ ਸੀ, ਸੱਤ ਕਾ ਖੇੜਾ ਵਸਿਆ ਹੋਇਆ ਸੀ, ਸੱਤ ਕਾ ਖੇੜਾ ਸੀ, ਸਾਰਿਆਂ ਦੇ ਅੰਦਰ ਸੱਚ ਪ੍ਰਗਟ ਸੀ, ਸਾਰੇ ਗੁਰਮੁਖ ਸੀ, ਸਾਰਿਆਂ ਦੇ ਅੰਦਰ ਵਿਗਾਸ ਸੀ, ਸਾਰਿਆਂ ਦੇ ਅੰਦਰ ਪਰਮ ਆਨੰਦ ਸੀ। ਪਰਮ ਆਨੰਦ ਦੇ ਵਿੱਚ ਤੇੜ ਪੈ ਗਈ, ਕ੍ਰੈਕ ਹੋ ਗਿਆ, ਭੰਗ ਹੋ ਗਿਆ ਪਰਮ ਆਨੰਦ। ਪਰਮ ਆਨੰਦ ਭੰਗ ਕਦੋਂ ਹੋਇਆ? ਮਨ ਭੰਗ ਹੋ ਗਿਆ ਜਿਤਨਾ। ਜਦ ਮਨ ਭੰਗ ਹੋ ਜਾਂਦਾ ਨਾ, ਚਿਤਨੋਂ ਅੱਡ ਹੋ ਜਾਂਦਾ, ਤਾਂ ਪਰਮ ਆਨੰਦ ਵੀ ਭੰਗ ਹੋ ਜਾਂਦਾ। ਜਿਨ੍ਹਾਂ ਦੇ ਘਰ 'ਚ ਕਲੇਸ਼ ਪੈ ਜਾਂਦਾ, ਆਨੰਦ ਉੱਥੇ ਕਿੱਥੇ ਰਹਿੰਦਾ? ਪ੍ਰਥਮੇ ਵਸਿਆ ਸੱਤ ਕਾ ਖੇੜਾ, ਤ੍ਰਿਤੀਵੇਂ ਕੁਛ ਪਿਆ ਦੁਤੇੜਾ। ਦੋ ਹੋ ਗਏ, ਤੇੜ ਪੈ ਗਈ, ਚਿੱਤਰ ਮਨ ਤੇੜ ਪੈ ਗਈ। ਫਿਰ ਆ ਗਿਆ ਦੁਆਪਰ। ਤੇੜ ਦਾ ਇਲਾਜ ਕੀ ਹੈ? ਫਿਰ ਕਿਹਾ ਵੀ ਤੇੜ ਤਾਂ ਪੈ ਗਈ, ਇਹਦਾ ਇਲਾਜ ਕਿਵੇਂ ਕੀਤਾ ਜਾਵੇ? ਮੈਂ ਪੈਦਾ ਹੋ ਗਈ, ਮੈਂ ਇਹਨੂੰ ਮਹਿਦੂਦ ਕਰ ਦਿੱਤਾ ਗਿਆ, ਮੈਂ ਮਹਿਦੂਦ ਲਿਖਾਇਆ ਖਸਮੇ ਕੇ ਦਰ। ਜਿਹੜੇ ਵੀ ਭੰਗ ਹੋਇਆ ਜਿਹਨਾਂ ਦਾ ਮਨ, ਉਹ ਅੰਡ ਰੂਪ 'ਚ, ਆਂਡੇ ਦੇ ਰੂਪ 'ਚ, ਬੀਜ ਰੂਪ 'ਚ ਹੋ ਗਏ, ਬਿਰਸ਼ ਰੂਪ 'ਚ ਨਹੀਂ ਰਹੇ, ਉਹਨਾਂ ਦਾ ਰੂਪ ਬਦਲ, ਉਹੀ ਬਿਰਸ਼ ਰੂਪ ਨੂੰ ਪ੍ਰੈਸ ਕਰਕੇ ਆਂਡੇ 'ਚ ਪਾਤਾ, ਪ੍ਰੈਸ ਕਰਕੇ, ਪ੍ਰੈਸ ਕੀਤਾ ਹੁੰਦਾ ਜਿਹੜਾ ਆਂਡੇ ਦਾਣੇ 'ਚ ਹੁੰਦਾ। ਮੈਂ ਮਹਿਦੂਦ ਲਿਖਾਇਆ ਖਸਮੇ ਕੇ ਦਰ, ਕਹਿੰਦੇ ਇਹਨੂੰ ਪ੍ਰੈਸ ਕਰਕੇ ਛੋਟਾ ਕਰਕੇ, ਇਹ ਬਾਵਨ ਅਵਤਾਰ, ਇਹਨੂੰ ਬਾਵਨ ਅਵਤਾਰ ਕਹਿੰਦੇ ਜਿਹੜੇ ਬੀਜ ਵਿੱਚ, ਉਹ ਬਾਵਨ ਹੋਰ ਕਹਿੰਦੇ ਨੇ, ਸਰੀਰ ਕਰਕੇ ਕਹਿੰਦੇ ਨੇ, ਇਹ ਆਤਮਾ ਕਰਕੇ ਬਾਵਨ ਅਵਤਾਰ। ਬੀਜ ਰੂਪ 'ਚ ਆ ਗਿਆ, ਬੀਜ ਰੂਪ ਦੇ ਵਿੱਚੋਂ ਹੁਣ ਇਹਨੂੰ ਜਨਮ ਲੈਣਾ ਪਊਗਾ, ਜਨਮ ਲੈਂਦਾ ਚਲਿਆ ਆਇਆ। ਦੁਆਪਰ ਅਰਧੋ ਅਰਧ ਸਮਾਨ, ਦੁਤੀਆ ਦੁਤੀਆ ਦੁਆਪਰ ਨੂੰ ਕਹੇ, ਤ੍ਰਿਤੀਵੇਂ ਕੁਛ ਪਿਆ ਦਿੱਤੇੜਾ, ਦੁਤੀਆ ਅਰਧੋ ਅਰਧ ਸਮਾਨ। ਸੱਚਖੰਡ ਉਹ ਤਾਂ ਆ ਗਿਆ, ਤ੍ਰੇਤੇ 'ਚ ਤੇੜ ਪੈ ਗਈ, ਔਰ ਦੁਆਪਰ 'ਚ ਆ ਕੇ, ਗਰਭ 'ਚ ਆ ਕੇ ਅੱਧਾ ਤਾਂ ਸਮਾ ਗਿਆ ਮਾਇਆ ਦੇ ਵਿੱਚ, ਅੱਧਾ ਰਹਿ ਗਿਆ ਮਾਇਆ ਤੋਂ ਲਿਖ। ਜਿਹਨੂੰ ਅਸੀਂ ਸਤਿਗੁਰ ਕਹਿੰਦੇ ਹਾਂ, ਗੁਰ ਕਹਿੰਦੇ ਹਾਂ, ਚਿੱਤ ਕਹਿੰਦੇ ਹਾਂ, ਉਹ ਮਾਇਆ ਤੋਂ ਲਿਪਤ ਹੈ ਹਿੱਸਾ ਅੱਧਾ। ਉਹਨੂੰ ਸ਼ੁੱਧ ਮਨ ਵੀ ਕਹਿੰਦੇ ਨੇ ਹਿੰਦੂ ਮਤ 'ਚ, ਉਹਨੂੰ ਸ਼ੁੱਧ ਮਨ ਕਹਿੰਦੇ ਨੇ। ਸ਼ੁੱਧ ਆਤਮਾ, ਅਸ਼ੁੱਧ ਆਤਮਾ, ਇੱਕ ਪਾਸਾ ਸ਼ੁੱਧ ਹੈ ਇਹਦਾ, ਇੱਕ ਪਾਸਾ ਅਸ਼ੁੱਧ ਹੈ। ਜਿਹੜਾ ਅਸ਼ੁੱਧ ਪਾਸਾ ਸੀ ਉਹ ਜੁੜ ਗਿਆ ਮਾਇਆ ਨਾਲ, ਜਿਹੜਾ ਸ਼ੁੱਧ ਸੀ ਉਹ ਨਹੀਂ ਮਾਇਆ ਨਾਲ ਜੁੜਿਆ। ਬਸ
ਅਰਧੋ ਅਰਧ ਸਮਾਨਾ ਆ ਸਰੀਰ ਵੀ ਅੱਧਾ ਅਧੂਰਾ ਆਤਮਾ ਤੋਂ ਬਿਨਾਂ ਆਤਮਾ ਅਧੂਰੀ ਹੈ ਸਰੀਰ ਤੋਂ ਬਿਨਾਂ ਸਰੀਰ ਤੋਂ ਬਿਨਾਂ ਆਤਮਾ ਨਹੀਂ ਕੁਛ ਕਰ ਸਕਦੀ ਆਤਮਾ ਬਿਨਾਂ ਸਰੀਰ ਨਹੀਂ ਕੁਛ ਕਰ ਸਕਦਾ ਦੋਵੇਂ ਇੱਕ ਦੂਜੇ ਦੇ ਪੂਰਕ ਨੇ ਦੋਵੇਂ ਰਲ ਕੇ ਇੱਕ ਹੈ ਇਸ ਕਰਕੇ ਅਰਧੋ ਅਰਧ ਸਮਾਨਾ ਇਹਨੂੰ ਕਿਹਾ ਹੈ ਅੱਧੀ ਆਤਮਾ ਅੱਧੀ ਮਾਇਆ ਹੈ ਮਾਇਆ ਆਤਮਾ ਬਿਨਾਂ ਕੁਛ ਨਹੀਂ ਕਰ ਸਕਦੀ ਇਹ ਤਾਂ ਮਿੱਟੀ ਦੀ ਮੂਰਤੀ ਹੁਣ ਇੱਥੇ ਇਸ ਅਵਸਥਾ 'ਚ ਅਰਧੋ ਅਰਧ ਸਮਾਨਾ ਜੇ ਇੱਕ ਹੋ ਜਾਵੇ ਹੁਣ ਫੇਰ ਇਹ ਜਦ ਇੱਕ ਰਹਿਆ ਤਾਂ ਇੱਕ ਹੋ ਜਾਂਦਾ ਜਦੋਂ ਕਿਤੇ ਜਨਮ ਲੈਣ ਤੋਂ ਬਾਅਦ ਇਹਨੂੰ ਗੁਰਮਤਿ ਮਿਲ ਜਾਵੇ ਗੁਰਬਾਣੀ ਨੂੰ ਮੰਨ ਲਵੇ ਗੁਰ ਕਾ ਉਪਦੇਸ਼ ਮੰਨ ਲਵੇ ਉਹਨੂੰ ਕਮਾ ਲਵੇ ਜਪਾ ਜਾਪ ਜਪ ਲਵੇ ਆਤਮ ਚੀਨ ਲਵੇ ਫਿਰ ਇੱਕ ਹੋ ਕੇ ਰਹੇ ਫਿਰ ਇਹ ਇੱਕ ਜਾਣਦਾ ਕਿ ਕੀ ਹੁੰਦਾ ਸਾਰੀ ਹਿਸਟਰੀ ਦੱਸਤੀ ਰਾਜਾ ਰਾਮ ਕੀ ਕਹਾਣੀ ਕੁਛ ਲੋਕ ਦੱਸਤੀ ਕਬੀਰ ਨੂੰ ਇਹ ਰਾਜਾ ਰਾਮ ਕੀ ਕਹਾਣੀ ਹੈ ਨਾ ਸੰਯੁਗ ਤੋਂ ਲੈ ਕੇ ਤ੍ਰੇਤਾ ਦੁਆਪਰ ਕਲਯੁਗ ਸਾਰੀ ਦੱਸਤੀ ਤਾਂ ਉਹਨੇ ਕਹਾਣੀ ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ ਅੰਤਰਜੋਤ ਗਿਆਨ ਪ੍ਰਕਾਸ਼ਾ ਕਿਨ ਗੁਰਮੁਖ ਫਿਰਲੇ ਜਾਣੀ ਇਹ ਗੱਲ ਕਿਸੇ ਗੁਰਮੁਖ ਫਿਰਲੇ ਨੇ ਜਾਣੀ ਹੈ ਇੱਥੇ ਤਾਂ ਇੱਟ ਚੱਕੀ ਦੇ ਪ੍ਰਚਾਰਕ ਨਿਕਲਦਾ ਤੇ ਪ੍ਰਚਾਰ ਤਾਂ ਗਲਤ ਭਾਈ ਹੋਣਾ ਹੀ ਸੀ ਕਿਉਂ ਨਿਕਲਦਾ ਕਿਉਂਕਿ ਧਰਮ ਧੰਦਾ ਬਣ ਚੁੱਕਿਆ ਬੜੀ ਵਾਰ ਕਿਹਾ ਸੀ ਪੰਡਿਤ ਨੂੰ ਬੜੀ ਨਿੰਦਿਆ ਕੀਤੀ ਸੀ ਧਰਮ ਨੂੰ ਜਿਨ੍ਹਾਂ ਨੇ ਧੰਦਾ ਬਣਾਇਆ ਗੁਰਬਾਣੀ ਨੇ ਪਰ ਅਸੀਂ ਤਾਂ ਆਪ ਬਣਾ ਲਿਆ ਧਰਮ ਨੂੰ ਧੰਦਾ ਜਦੋਂ ਧਰਮ ਧੰਦਾ ਬਣ ਜਾਂਦਾ ਹੈ ਆਹ ਹਾਲਤ ਹੁੰਦੀ ਹੁੰਦੀ ਹੈ ਧੰਦੇ 'ਚ ਲੱਗਿਆ ਹੋਇਆ ਜਿਹੜਾ ਆਦਮੀ ਹੈ ਉਹ ਪੰਡਿਤ ਹੁੰਦਾ ਉਹਨੂੰ ਪੰਡਿਤ ਵਿਦਵਾਨ ਕਹਿੰਦੇ ਪੁਜਾਰੀ ਕਹਿ ਲਓ ਪੰਡਿਤ ਕਹਿ ਲਓ ਵਿਦਵਾਨ ਕਹਿ ਲਓ ਉਹ ਧਾਰਮਿਕ ਆਦਮੀ ਨਹੀਂ ਹੁੰਦਾ ਉਹ ਧੰਦਾ ਹੁੰਦਾ ਉਹਦਾ ਉਹਦੀ ਤਾਂ ਰੋਜ਼ੀ ਰੋਟੀ ਹੈ ਉਹਦੇ 'ਚ ਹੁਣ ਉਹ ਕਹਿਣਗੇ ਗੁਰਦੁਆਰੇ ਵਾਲੇ ਕਹਿਣਗੇ ਵੀ ਇਹ ਗੱਲ ਨਾ ਤੂੰ ਕਹਿ ਨਹੀਂ ਕਹਿੰਦਾ ਵਿਚਾਰਾ ਉਹਦੀ ਨੌਕਰੀ ਚਲੀ ਜਾਊ ਮਜਬੂਰੀ ਹੈ ਉਹਦੀ ਧੰਦਾ ਉਹਦਾ ਧੰਦੇ 'ਚ ਲੱਗੇ ਹੋਏ ਆਦਮੀ ਉਹ ਗੱਲ ਕਹਿੰਦੇ ਨੇ ਜਿਹਨੂੰ ਸੰਗਤ ਕਹਿੰਦੀ ਹੈ ਵੀ ਇਹ ਕਹਿ ਜਾਂ ਨਾ ਕਹਿ ਜਿਹੜੇ ਧੰਦੇ ਤੋਂ ਬਾਹਰ ਨੇ ਉਹ ਕਹਿੰਦੇ ਨੇ ਜੋ ਗੁਰੂ ਕਹਿੰਦੇ ਅੱਜ ਅਸੀਂ ਪ੍ਰਚਾਰ ਜਿਹੜਾ ਸੰਗਤ ਕਹਿੰਦੀ ਹੈ ਨਾ ਉਹ ਕਰਦੇ ਸੰਗਤ ਗੁਰਮੁਖਾਂ ਦੀ ਹੈ ਗੁਰਮੁਖ ਤਾਂ ਬਣਨਾ ਹੈ ਅਸੀਂ ਗੁਰਮੁਖ ਬਣਨ ਨੂੰ ਤਿਆਰ ਨਹੀਂ ਸਾਖਤਾਂ ਦੇ ਚੇਲੇ ਨੇ ਸਾਰੇ ਸੰਤ ਸਾਖਤ ਨੇ ਸਾਰੇ ਕੋਈ ਕਿਤੇ ਜੁੜਿਆ ਹੈ ਕੋਈ ਕਿਤੇ ਜੁੜਿਆ ਹੈ ਡੇਰੇਦਾਰ ਸਾਰੇ ਸਾਖਤ ਨੇ ਡੇਰੇਦਾਰ ਵੀ ਸਾਰੇ ਉਹ ਜਿਹੜੀ ਉਹ ਡੋਨੇਸ਼ਨਾਂ ਦੀ ਗੱਲ ਕਰਦੇ ਨੇ ਧੰਦਾ ਉਹ ਵੀ ਜਿੱਥੇ ਮਾਇਆ ਦੀ ਗੱਲ ਆ ਗਈ ਨਾ ਧਰਮ 'ਚ ਇਸ ਧਰਮ 'ਚ ਘੱਟੋ ਘੱਟ ਸੱਚ ਦੇ ਧਰਮ 'ਚ ਉੱਥੇ ਧੰਦਾ ਬਣ ਜਾਂਦਾ ਬਸ ਉੱਥੇ ਧੰਦਾ ਇਹ ਅਵੁੱਲ ਗੁਣ ਨੇ ਇਹਨਾਂ ਦਾ ਵਪਾਰ ਵੀ ਉਸੇ ਰੇਟ 'ਤੇ ਹੋਊ ਜਿਹੜੇ ਰੇਟ 'ਤੇ ਆਏ ਨੇ ਅਮੁੱਲ ਗੁਣ ਅਮੁੱਲ ਵਪਾਰ ਜਦੋਂ ਵਪਾਰ 'ਚ ਮੁੱਲ ਪੈ ਗਿਆ ਨਾ ਫਿਰ ਇਹ ਧਰਮ ਧੰਦਾ ਬਣ ਗਿਆ ਜੇ ਪ੍ਰਚਾਰਕ ਦਾ ਮੁੱਲ ਪੈ ਗਿਆ ਫਿਰ ਤਾਂ ਧੰਦਾ ਬਣ ਗਿਆ ਨਾਨਕ ਨਹੀਂ ਖਰੀਦਿਆ ਗਿਆ ਕਿਸੇ 'ਤੇ ਬਹੁਤ ਬੈਠੇ ਤੇ ਬੰਦੇ ਖਰੀਦਣ ਵਾਲੇ ਨਾਨਕ ਨੂੰ ਵੀ ਤੂੰ ਆਹ ਗੱਲ ਨਾ ਕਹਿ ਨਹੀਂ ਬੰਦੇ ਕੋਈ ਵੀ ਨਹੀਂ ਖਰੀਦਿਆ ਸਾਹਿਬਜ਼ਾਦੇ ਨਹੀਂ ਖਰੀਦ ਹੋਏ ਸੱਚ ਦਾ ਜਿਹੜਾ ਸੀ ਨਾ ਸੱਚ 'ਤੇ ਪਹਿਰਾ ਦੇਣਾ ਸਚਿਆਰਾ ਕਹਿ ਲਓ ਸਚਿਆਰਾ ਖਰੀਦਿਆ ਨਹੀਂ ਜਾ ਸਕਦਾ ਕਿਉਂਕਿ ਦੁਨੀਆ ਦੀ ਵਡਿਆਈ ਜਿਹੜੀ ਹੈ ਉਹਦੇ ਬਾਰੇ ਵੀ ਉਹਨੂੰ ਗਿਆਨ ਹੈ ਦੁਨੀਆ ਕੀ ਹੈ ਮਾਇਆ ਕੀ ਹੈ ਉਹਦੇ ਬਾਰੇ ਵੀ ਉਹਨੂੰ ਗਿਆਨ ਉਹ ਤਾਂ ਗਿਆਨ ਹੀ ਖਰੀਦਿਆ ਜੋ ਉਹਨੂੰ ਤਾਂ ਪਤਾ ਸਾਰਾ ਉਹਨੂੰ ਤਾਂ ਸਾਰਾ ਚਾਨਣ ਹੋਇਆ ਹੋਇਆ ਵੀ ਮਾਇਆ ਕਿੱਥੇ ਤੱਕ ਹੈ ਕਿੱਥੇ ਤੱਕ ਜਾਂਦੀ ਹੈ ਕੀ ਕਰਦੀ ਹੈ
ਜਿੱਥੇ ਤੱਕ ਲੋਕ ਕਹਿੰਦੇ ਨੇ ਵੀ ਕਹਾਂ ਔਲਾਦ ਨੂੰ ਦੇ ਜੀਏ, ਦੂਜੀ ਗੱਲ ਇਹੀ ਹੈ ਨਾ, ਅਖੀਰ ਇਹੀ ਆਊ ਵੀ ਪੁਸ਼ਤਾਂ ਨੂੰ ਦੇ ਜੀਏ ਬਣਾ ਕੇ, ਇਹੀ ਆਊ। ਉੱਥੇ ਉਹਨੂੰ ਪਤਾ, ਉਹ ਤਾਂ ਪਹਿਲੇ ਕਹਿੰਦੇ ਤੁਮ ਸੰਗ ਜੋੜ ਅਮਰ ਸੰਗ ਤੋੜੀ, ਉਹਦੀ ਤਾਂ ਪਹਿਲੇ ਹੀ ਤੋੜੀ ਹੋਈ ਹੈ, ਉਹਨੇ ਕਿਹਨੂੰ ਦੇ ਕੇ ਜਾਣੀ ਹੈ। ਅੱਛਾ ਉਹਦੇ ਨਾਲ ਤੋੜ ਲਵੇ ਉਹ, ਇਹਦੇ ਵਾਸਤੇ ਐਡਾ ਪਾਗਲ ਨਹੀਂ ਹੈ ਉਹ ਜਿਹੜੇ ਤੋੜ ਲਵੇ, ਐਡਾ ਪਾਗਲ ਨਹੀਂ ਹੈ ਜਿਹੜੇ ਤੜਵਾ ਦੇਣ, ਉੱਥੇ ਉਹ ਸਭ ਜਾਣਦੇ ਹੁੰਦੇ ਨੇ ਉਹ ਕਿੱਥੇ ਖੜਾ ਹੈ ਕਿੱਥੇ ਖੜੇ ਨੇ। ਸੰਗਤ ਦਾ ਅਸਰ ਵੀ ਕਿਸੇ ਹੱਦ ਤੱਕ ਪੈਂਦਾ, ਇਹ ਗੱਲ ਨੂੰ ਗੁਰਬਾਣੀ ਭਗਤ ਕਬੀਰ ਜੀ ਉਹ ਕੱਢ ਦਿੰਦੇ ਨੇ, ਕਹਿੰਦੇ ਸੰਤ ਨੇ ਛੋੜਿਆ ਸੰਤ ਹੀ, ਕੋਟ ਕਮੇਲੇ ਦਾ ਸੰਤ, ਇੱਕ ਪਾਸੇ ਕਰੋੜਾਂ ਸੰਤ ਨੇ ਇੱਕ ਪਾਸੇ ਇਕੱਲਾ ਸੰਤ ਹੈ, ਕਰੋੜ ਦਾ ਅਸਰ ਉਹਦੇ ਕਿਉਂ ਨਹੀਂ ਪੈਂਦਾ। ਤੇ ਸੰਗਤ ਦਾ ਅਸਰ ਤਾਂ ਪੈਣਾ ਚਾਹੀਦਾ, ਉਹ ਜ਼ਿਆਦਾ ਨੇ। ਜੇ ਸੰਗਤ ਦਾ ਅਸਰ ਪੈਂਦਾ ਹੋਵੇ ਤਾਂ ਸੱਚ ਪ੍ਰਗਟੇ ਨਹੀਂ ਹੋ ਸਕਦਾ, ਕੂੜਿਆਰਾਂ ਦਾ ਸ਼ਹਿਰ ਹੈ, ਦੇਸ਼ ਹੈ ਕੂੜਿਆਰਾਂ ਦਾ ਸਾਰਾ, ਸਚਾਰਾਂ ਦਾ ਇੱਥੇ ਫਿਰ ਪੈਦਾ ਹੀ ਨਾ ਹੋਵੇ, ਉਹ ਵੀ ਕੂੜਿਆਰ ਦੇ ਕੂੜਿਆਰ ਦਾ ਅਸਰ ਪੈਂਦਾ, ਉਹਨਾਂ ਵਾਸਤੇ ਹੀ ਪੰਕਤੀ ਹੈ ਇਹ, ਪੰਕਤੀ ਸਿਰਫ ਕੂੜਿਆਰਾਂ ਦੇ ਉੱਤੇ ਹੀ ਲਾਗੂ ਹੈ, ਸਚਿਆਰਾਂ ਦੇ ਲਾਗੂ ਨਹੀਂ ਹੈ। ਜੈਸੀ ਕੋਈ ਸੰਗਤ ਕਰਦਾ ਐਸਾ ਫਲ ਮਿਲਦਾ ਹੈ, ਐਸੋ ਉਹੀ ਫਲ ਪਾਏ, ਇਹ ਕੂੜਿਆਰਾਂ ਵਾਸਤੇ ਲਾਗੂ ਹੈ ਪੰਕਤੀ, ਸਚਿਆਰਾਂ ਵਾਸਤੇ ਨਹੀਂ। ਸਚਿਆਰਾ ਕਿਹਦੀ ਸੰਗਤ ਕਰਦਾ ਹੀ ਨਹੀਂ, ਸਚਿਆਰਾ ਕਿਹਦੀ ਕਰਦਾ ਸੰਗਤ, ਸਚਿਆਰੇ ਦੇ ਨਾਮ ਦੀ ਹੈ, ਉਹ ਤੇ ਫਲ ਪਾਇਆ ਹੋਇਆ ਉਹਨੇ, ਉਹਨੂੰ ਫਲ ਵੀ ਮਿਲ ਰਿਹਾ। ਥੱਲੇ ਉਹਨੇ ਸੰਗਤ ਕਿਹਦੀ ਕਰਨੀ, ਸੰਗਤ ਛੱਡ ਗਿਆ ਉਹ ਕੱਦਾ, ਉੱਥੇ ਹੀ ਹੈ ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਪਾਏ, ਅਤੇ ਉਹਦਾ ਨਾਮ ਨਾਲ ਜੁੜਿਆ ਹੋਇਆ ਉਹਦੇ ਸੰਗਤ ਹੈਗੀ ਹੈ, ਉਹਨੂੰ ਉੱਥੋਂ ਕੋਈ ਤੋੜ ਲਵੇ ਕਿਉਂ ਨਹੀਂ ਤੋੜ ਸਕਦਾ, ਕਿਉਂਕਿ ਉਹਦੇ ਉੱਥੇ ਅਮੁੱਲ ਗੁਣ ਨੇ, ਉਹ ਚੀਜ਼ਾਂ ਨੇ ਜਿਹੜੀਆਂ ਅਮੁੱਲ ਨੂੰ ਨਹੀਂ ਮਿਲਦੀਆਂ ਇੱਥੇ, ਉਹਦੇ ਕੋਲ ਉੱਥੋਂ ਮਿਲੀਆਂ ਹੋਈਆਂ, ਅਤੇ ਜਾਂ ਉਹਦਾ ਮੁੱਲ ਹੀ ਨਹੀਂ ਤੋੜੂਗਾ, ਇਹਦੇ ਨਾਲ ਕੋਈ ਲਾਲਚ ਕਾਹਦਾ ਦਊ, ਲਾਲਚ ਤਾਂ ਮੁੱਲ ਦਾ ਹੀ ਹੁੰਦਾ ਨਾ, ਅਤੇ ਮੁੱਲ ਹੀ ਨਹੀਂ ਉਹਨਾਂ ਦਾ ਕੋਈ ਸੰਸਾਰ 'ਚ। ਜਪ ਵੱਖਰਾ ਕਿਸਮ ਦਾ ਹੋ ਗਿਆ ਸਾਡਾ, ਜਿਹੜਾ ਜਪ ਦੂਜਿਆਂ ਦਾ ਉਹਦੇ ਵਾਸਤੇ ਜਿਹੜੀਆਂ ਉਪਲਬਧੀਆਂ ਨੇ ਉਹ ਨਿਰਾ ਝੂਠ ਹੈ, ਉਹ ਗੁਰਬਾਣੀ ਝੂਠ ਹੁੰਦੀ, ਸਿਮਰਤ ਵੇਦ ਪੁਰਾਣ ਪਕਾਰਨ ਉਹਦੀਆਂ ਨਾਮ ਬਿਨਾਂ ਨਾਮ ਹੈ ਹੀ ਨਹੀਂ, ਉਹਦੀ ਨਾਮ ਦੀ ਕੋਈ ਗੱਲ, ਬਾਕੀ ਕੀ ਹੈ ਜੇ ਸੱਚ ਨਹੀਂ ਹੈ, ਨਾਮ ਹੁੰਦਾ ਸੱਚ, ਜੇ ਨਾਮ ਨਹੀਂ ਹੈ ਫਿਰ ਬਾਕੀ ਝੂਠੇ ਹੈ ਨਾ, ਸਭ ਕੂੜ ਗੱਲ ਹੀ ਕੁਛ, ਨਾਮ ਬਿਨਾਂ ਸਭ ਕੂੜ ਗੱਲ ਹੀ ਕੁਛ, ਜੇ ਨਾ ਝੂਠ ਬੋਲੀਏ ਨਾ, ਜਿਹੜਾ ਧਰਮ ਸੱਚ ਨਹੀਂ ਨਾ ਹੁੰਦਾ, ਜੇ ਕੋਈ ਕਹਾਣੀ ਅਸੀਂ ਕਹਾਣੀ ਹੋਵੇ ਨਾ ਝੂਠੀ, ਇੱਕ ਝੂਠ ਬੋਲ ਕੇ ਹਜ਼ਾਰ ਝੂਠ ਹੋਰ ਬੋਲਣਾ ਪੈਂਦਾ ਫਿਰ ਵੀ ਸੱਚ ਨਹੀਂ ਬਣਦਾ, ਇਹ ਹਜ਼ਾਰਾਂ ਝੂਠ ਬੋਲ ਦੇਣ, ਇਹ ਹਜ਼ਾਰਾਂ ਸਾਖੀਆਂ ਬਣਾ ਦੇਣ, ਝੂਠ ਨੇ ਝੂਠੇ ਰਹਿਣਾ, ਜਾਂ ਸੱਚ ਧਰਮ ਪ੍ਰਗਟ ਹੋਣਾ ਸਾਰੇ ਝੂਠ ਨੂੰਗਾ ਕਰ ਦੇਣਾ ਉਹਨੇ, ਹਾਂ ਸੰਸਾਰੀ ਆਦਮੀ ਨਹੀਂ ਨੂੰਗਾ ਕਰ ਸਕਦੇ, ਉਹਨਾਂ ਦੀ ਬੁੱਧੀ ਤੋਂ ਉੱਪਰ ਹੁੰਦਾ, ਜਦ ਇਹਨੇ ਪ੍ਰਗਟ ਹੋਣਾ ਸਾਰਾ ਨੂੰਗਾ ਕਰ ਦੇਣ ਝੂਠ। ਬਹੁਤ ਕੁਛ ਸਾਨੂੰ ਵੀ ਕਿਹਾ ਗਿਆ, ਬਹੁਤ ਕੁਛ ਸਾਖੀਆਂ ਜੋੜੀਆਂ ਹੋਈਆਂ ਨੇ, ਗੁਰੂ ਘਰ ਨਾਲ ਝੂਠੀਆਂ ਉਹੀ ਤਰੀਕਾ ਵਰਤਿਆ ਹੋਇਆ, ਗੁਰਬਾਣੀ ਤੋਂ ਖਿਲਾਫ ਨੇ ਸਾਰੀਆਂ, ਉਹਨਾਂ ਦੀ ਤਾਂ ਲੋੜ ਹੀ ਨਹੀਂ ਪੈਂਦੀ, ਉਹ ਸਾਖੀਆਂ ਇਸ ਤਰੀਕੇ ਨਾਲ ਜੋੜਤੀਆਂ ਕਿ ਆਮ ਆਦਮੀ ਹੌਸਲਾ ਨਹੀਂ ਕਰ ਸਕਦਾ ਉਹਨਾਂ ਦਾ ਵਿਰੋਧ ਕਰਨ ਦਾ, ਚਾਹੇ ਉਹਨੂੰ ਪਤਾ ਵੀ ਹੋਵੇ ਵੀ ਗੁਰਬਾਣੀ ਇਹ ਨਹੀਂ ਕਹਿੰਦੀ, ਉਹ ਸੰਗਤ ਤੋਂ ਡਰਦਾ ਮਨਮੁੱਖਾਂ ਤੋਂ ਡਰਦਾ ਹੀ ਨਹੀਂ ਇਹ ਗੱਲ ਕਹਿੰਦਾ, ਕਿਉਂ ਜੋ ਨਿਰਭੈ ਅਵਸਥਾ 'ਚ ਪਹੁੰਚਿਆ ਨਹੀਂ, ਉਹ ਗੱਲ ਦਾ ਖੰਡਨ ਉਹ ਕਰ ਸਕਦਾ ਜਿਹੜਾ ਨਿਰਭੈ ਅਵਸਥਾ 'ਚ ਪਹੁੰਚ ਗਿਆ ਹੋਵੇ, ਜਾਂ ਨਾਨਕ ਨਿਰਭੈ ਅਵਸਥਾ 'ਚ ਪਹੁੰਚਿਆ ਜਦ ਮੂਰਤੀ ਪੂਜਾ ਦਾ ਖੰਡਨ ਕਰਦਾ,
ਮਜ਼ਾਕ ਦੀ ਗੱਲ ਨਹੀਂ ਹੈ। ਕੋ ਕਬੀਰੇ ਕਹਿ ਦੇਵੇ ਪਾਤੀ ਤੋੜੇ ਮਾਲ ਨਹੀਂ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਜੀਓ, ਉਸੇ ਪਾਹਨ ਨੂੰ ਪੂਜਦਾ ਸੀ ਕਬੀਰ ਕਿਸੇ ਵੇਲੇ ਜਾਂ ਮਾਲਾ ਫੇਰਦਾ ਸੀ, ਉਸੇ ਪਾਹਨ ਨੂੰ ਕਬੀਰ ਦਾ ਗੁਰੂ ਪੂਜਦਾ ਸੀ, ਉਸੇ ਪਾਹਨ ਨੂੰ ਕਹਿ ਰਿਹਾ ਨਿਰਜੀਓ। ਮਜ਼ਾਕ ਗੱਲ ਨਹੀਂ ਹੈ ਕਹਿ ਦੇਣੀ, ਅਸੀਂ ਇਹਨੂੰ ਹਲਕਾ ਜਿਹਾ ਲਿਆ ਹੋਇਆ ਭਗਤਾਂ ਨੇ ਗੱਲ ਕਰਤੀ। ਫਿਰ ਉਹਨਾਂ ਦੇ ਸ਼ਹਿਰ 'ਚ ਕਹਿ ਦੇਵੇ ਇੱਕ ਮਾਮੂਲੀ ਗਰੀਬ ਜਲਾਹਾ ਕਹਿ ਦੇਵੇ, ਇਹ ਗੱਲ ਸੋ ਪਾਹਨ ਨਿਰਜੀਓ ਭੂਲੀ ਮਾਲਣੀ ਆਏ ਹੋ ਸਤਿਗੁਰ ਜਾਗਤਾ ਹੈ ਦੇ, ਨਵੀਂ ਗੱਲ ਦੱਸ ਰਿਹਾ ਤੁਸੀਂ ਅੱਜ। ਉਹੀ ਨਵੀਂ ਗੱਲ ਨੂੰ ਅੱਜ ਅਸੀਂ ਹੋਰ ਤਰੀਕੇ ਨਾਲ ਕਰਦਾ, ਜਿਹੜੀ ਕਬੀਰ ਨੇ ਕੁਛ ਗੱਲ ਕਹੀਆਂ ਹੋਈਆਂ ਨੇ ਬਾਵਨ ਅੱਖਰੀ ਦੇ ਵਿੱਚ, ਉਹ ਅੱਜ ਅਸੀਂ ਉਹਨਾਂ ਨੂੰ ਉਲਟ ਕੇ ਉਹ ਤੋਂ ਉਲਟ ਫੈਸਲੇ ਕੀਤੇ ਹੋਏ ਨੇ, ਫਿਰ ਉਹਨਾਂ ਦੀ ਗੱਲ ਜਿਹਦੇ ਉਹਦਾ ਚੈਪਟਰ ਉਹ ਫਿਰ ਕਰਾਂਗੇ ਉਹ ਗੱਲ।